ਦੀਨਾ ਨਗਰ ਦੇ ਪਿੰਡ ਪਟੋਆ 'ਚ ਗੁਰਦੁਆਰਾ ਸਾਹਿਬ 'ਚ ਸ਼ੋਰਟ ਸਰਕਟ ਦੇ ਨਾਲ ਅੱਗ ਲੱਗ ਗਈ, ਜਿਸ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪ ਅਤੇ 3 ਪੋਥੀਆਂ ਅੱਗ ਦੀ ਭੇਟ ਚੜ ਗਈਆਂ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ। ਦੱਸਿਆ ਜਾ ਰਿਹਾ ਕਿ ਲਾਈਟ ਜ਼ਿਆਦਾ ਹੋਣ ਦੇ ਕਾਰਨ ਇਹ ਘਟਨਾ ਵਾਪਰੀ ਹੈ, ਜਿਸ ਨਾਲ ਪਿੰਡ ਦੇ ਲੋਕਾਂ ਦੇ ਵੀ ਕਈ ਕਾਰਾਂ 'ਚ ਬਿਜਲੀ ਦੇ ਨਾਲ ਚੱਲਣ ਵਾਲੇ ਸਾਰੇ ਸਮਾਨ ਸੜ ਗਏ ਨੇ। ਕੱਲ੍ਹ ਦਿਨ ਜੋ ਬੀਤਿਆ ਹੈ, ਮੈਂ ਅੰਮ੍ਰਿਤ ਵੇਲੇ ਗੁਰੂ ਘਰ ਸੇਵਾ ਭੁਗਤਾ ਕੇ ਗਿਆ। ਸ਼ਾਮਾਂ ਦੇ ਟਾਈਮ ਜਦੋਂ ਆ ਕੇ ਗੁਰੂ ਘਰ ਦਰਵਾਜ਼ਾ ਖੋਲ੍ਹਿਆ, ਜਦੋਂ ਦੇਖਿਆ ਕਿ ਇੱਥੇ ਅੱਗ ਨੇ ਜੋ ਵੀ ਭਾਣਾ ਵਾਪਰਿਆ, ਮੈਂ ਦੌੜ ਕੇ ਜਾ ਕੇ ਇਹਨਾਂ ਲਾਗੇ ਭਾਜੀ ਪਰਮਜੀਤ ਉਹਨਾਂ ਨੂੰ ਜਾ ਕੇ ਦੱਸਿਆ ਕਿ ਇਸ ਤਰ੍ਹਾਂ ਹੋਇਆ ਹੈ। ਜਦੋਂ ਅਸੀਂ ਦੇਖਿਆ ਤਾਂ ਅਸੀਂ ਹੈਰਾਨ ਹੋ ਗਏ। ਬਾਅਦ ਵਿੱਚ ਜੀ ਅਸੀਂ ਸੰਗਤ ਆ ਗਈ, ਵਾਰਡ ਕਮੇਟੀ ਵੱਲੋਂ ਆਏ, ਸ਼੍ਰੋਮਣੀ ਕਮੇਟੀ ਵੱਲੋਂ ਵਾਰਡ ਸਾਹਿਬ ਤੋਂ, ਅਤੇ ਪੁਲਿਸ ਮੁਲਾਜ਼ਮ ਵੀ ਆਏ। ਕਿੰਨੇ ਸਰੂਪ ਸਰ? ਸਰੂਪ ਜੀ ਦੋਵਾਂ ਸਰੂਪਾਂ ਨੂੰ, ਅਤੇ 4 ਪੋਥੀਆਂ ਸੀ, ਅਤੇ ਜੋ ਨਗਰ ਵਿੱਚ ਵੀ ਹੋਰ ਵੀ ਕਿੰਨੇ ਦੇ ਘਰਾਂ 'ਚ ਨੁਕਸਾਨ ਹੋਇਆ ਜ਼ਿਆਦਾ ਲਾਈਟ ਆਉਣ ਦੇ ਕਾਰਨ। ਕੱਲ੍ਹ ਕੋਈ 3:30 ਵਜੇ ਦੀ ਗੱਲ ਹੈ, ਜੋ ਪਿੰਡ ਤੋਂ ਤੁਸੀਂ ਕਰਨ ਤੋਂ ਪਤਾ ਲੱਗਿਆ ਕਿ ਬਿਜਲੀ ਕਾਫੀ ਵੱਧ ਘੱਟ ਆ ਰਹੀ ਸੀਗੀ, ਸਮੱਸਿਆ ਬਿਜਲੀ ਦੀ ਸੀਗੀ। ਅਤੇ ਇਸ ਬਾਰੇ ਜਿਹੜਾ ਗੁਰਦੁਆਰੇ ਦੇ ਸੇਵਾਦਾਰ ਹੈਗੇ ਆ ਸੁਖਜਿੰਦਰ ਸਿੰਘ, ਸੰਤ ਦਰਸ਼ਨ ਸਿੰਘ ਪਿੰਡ ਪਟੋਇਆ ਦੇ ਜਿਹੜੇ ਰਹਿਣ ਵਾਲੇ, ਮਹਾਰਾਜ ਦੀ ਸੇਵਾ ਕਰਦੇ ਆ, ਉਹ ਆਪਣਾ ਸਵੇਰੇ ਜਿਹੜਾ ਸੀਗਾ ਮਹਾਰਾਜ ਦੇ ਜੋ ਬਾਣੀ ਪ੍ਰਚਾਰ ਸੀ ਕਰਨ ਤੋਂ ਬਾਅਦ ਚਲੇ ਗਏ। ਅਤੇ ਉਸ ਤੋਂ ਬਾਅਦ ਜਿਹੜੇ ਮਹਾਰਾਜ ਦੇ ਸਵਰੂਪ ਸੀ, ਜਿੱਥੇ ਸੁੱਖ ਆਸਣ 'ਤੇ ਰੱਖੇ ਹੋਏ ਸੀ, ਜਿੱਥੇ ਵਿਸ਼ਰਾਮ ਬਣਾਇਆ ਗਿਆ, ਉਹਨਾਂ ਦਾ ਵਿਸ਼ਰਾਮ ਕਰਨ ਵਾਸਤੇ ਜਗ੍ਹਾ ਬਣਾਈ ਗਈ ਆ, ਪੱਖਾ ਲੱਗਿਆ ਹੋਇਆ ਸੀ। ਸੋ ਇੱਕਦਮ ਬਿਜਲੀ ਜਦੋਂ ਤੇਜ਼ ਕਿਤੇ ਆਈ ਆ, ਸਰਕਟ ਸ਼ਾਰਟ ਹੋਣ ਕਰਕੇ ਜਿਹੜਾ ਪੱਖਾ ਸੀ ਉਹ ਉੱਥੋਂ ਬਿਜਲੀ 'ਚ ਚੰਗਾੜੇ ਨਿਕਲੇ, ਅਤੇ ਜਿਹੜੇ ਮਹਾਰਾਜ ਦੇ ਸਰੂਪ ਸੀ ਨਾਲ ਹੀ ਉਹਦਾ ਬੈੱਡ ਸੀ, ਉੱਥੇ ਡਿੱਗਣ ਕਰਕੇ ਉਹ ਹੌਲੀ ਹੌਲੀ ਧੁੱਕ ਜਿਹੜਾ ਸੀ ਅਗਨੀ ਭੇਟ ਹੋ ਗਿਆ। ਅਤੇ ਸਰ ਕੀ ਕਾਰਵਾਈ ਕੀਤੀ ਜਾ ਰਹੀ ਆਪਾਂ ਵੱਲੋਂ ਇਸ ਸੰਬੰਧ ਵਿੱਚ? ਮੌਕੇ ਦੇ ਮੁਤਾਬਕ ਜੋ ਸਾਨੂੰ ਪਤਾ ਲੱਗਿਆ, ਵੇਖਿਆ ਗਿਆ ਵੀ ਇਹਦੇ ਜਿਹੜੇ ਸਾਹਿਬ ਨੇ ਸਰਕਟ ਸ਼ਾਰਟ ਹੋਣ ਕਰਕੇ ਇਹ ਹਾਦਸਾ ਵਾਪਰਿਆ ਵਾ, ਉਹਦੇ ਸੰਬੰਧ 'ਚ ਅਸੀਂ ਰੱਪੜ ਲਿਖ ਕੇ ਉਹਨਾਂ ਨੂੰ ਜਿਹੜੀ DDR ਜਿਹੜੀ ਸੀ ਉਹ ਜਿਹੜੀ ਕਮੇਟੀ ਜਿਹੜੀ ਵਾਰਡ ਸਾਹਿਬ ਤੋਂ ਬੁਲਾਈ ਗਈ ਸੀ ਉਹਨਾਂ ਦੇ ਹਵਾਲੇ ਕਰ ਦਿੱਤੀ। ਫਿਲਹਾਲ ਪੁਲਿਸ ਦੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਹੀਰਾਨਗਰ ਤੋਂ ਡਾਕਟਰ ਰਮੇਸ਼ ਸਰੰਗਲ ਦੀ ਰਿਪੋਰਟ, ਟੈਲੀਪੋਸਟ ਪੰਜਾਬੀ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ, ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। At Pyramid, the only thing that inspires us the most is our customer, and we are totally committed to the success of our students and customers. Pyramid ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਰਜਿਸਟਰ ਕਰੋ ਅਤੇ ਇੱਕ ਵਧੀਆ ਭਵਿੱਖ ਵੱਲ ਆਪਣਾ ਪਹਿਲਾ ਕਦਮ ਚੁੱਕੋ। Pyramid ਵੀਜ਼ਾ, ਇੱਕ ਵਧੀਆ ਜ਼ਿੰਦਗੀ।